ਇਸ ਚੀਜ਼ ਮੈਂ ਰਾਤ ਨੂੰ ਵੀ ਗੱਡੀ ਚਲਾਉਂਦਾ ਰਿਹਾ ਪਾਕਿਸਤਾਨ ਦੇ ਵਿੱਚ। ਉਦੋਂ ਮਨ 'ਚ ਮੇਰੇ ਬਣਿਆ ਯਾਰ ਕੋਈ ਇੱਦਾਂ ਦਾ ਕਰੀਏ ਅਜੀਬ ਜਿਹਾ ਕੋਈ। ਮੇਰਾ ਸਭ ਤੋਂ ਪਹਿਲਾਂ ਸਟਾਪ ਯੂਕੇ ਤੋਂ ਬਾਅਦ ਆਇਆ, ਪਹਿਲੇ ਸਟਾਪ ਮੈਂ ਯੂਕੇ ਸੀ, ਉਸ ਤੋਂ ਬਾਅਦ ਮੇਰਾ ਸਟਾਪ ਹੋ ਜਾਇਆ ਪੈਰਿਸ ਫਰਾਂਸ, ਉਸ ਤੋਂ ਬਾਅਦ ਮੈਂ ਚਲਾ ਗਿਆ ਜੀ ਨੈਕਸਟ ਟਾਈਮ ਮੇਰਾ ਸੀ। ਮੈਂ ਜਦੋਂ ਗੱਡੀ 'ਤੇ ਆ ਰਿਹਾ ਸੀ ਰਾਜ, ਅੱਜ ਕੱਲ੍ਹ ਲੋਕ ਹਿਚਹਾਈਕਿੰਗ ਬੁੱਕ ਕਰ ਰਹੇ ਆ, ਉੱਥੋਂ ਮੈਂ ਕ੍ਰਾਸ ਕਰਕੇ ਟਫਟਾਨ ਤੋਂ ਕ੍ਰਾਸ ਕੀਤਾ, ਮੈਨੂੰ ਉਹਨਾਂ ਨੇ ਹੋਲਡ ਕਰ ਲਿਆ ਜੀ ਪਾਕਿਸਤਾਨ ਦੀ ਆਰਮੀ ਨੇ। ਸਤਿ ਸ਼੍ਰੀ ਅਕਾਲ ਜੀ, ਸਕੂਲ ਪੰਜਾਬ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨਿਸ਼ਾ ਸ਼ਰਮਾ ਸਵਾਗਤ ਕਰਦੀ ਹਾਂ। ਸੋ ਅੱਜ ਅਸੀਂ ਇੱਕ ਅਜਿਹੀ ਕਹਾਣੀ ਦੇ ਨਾਲ, ਇੱਕ ਅਜਿਹੇ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਮਾਤਰ ਥੋੜ੍ਹੇ ਸਮੇਂ ਦੇ ਵਿੱਚ, ਜਿਸ ਨੂੰ ਕਹਿ ਸਕਦੇ ਹਾਂ, ਆਪਣੀ ਖੁਆਇਸ਼ ਨੂੰ, ਆਪਣੇ ਸੁਪਨੇ ਨੂੰ ਅੰਜਾਮ ਦੇ ਦਿੱਤਾ ਹੈ। ਵੈਸੇ ਤਾਂ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਪੰਜਾਬੀਆਂ ਦੇ ਸ਼ੌਕ ਅਵੱਲੇ ਹੁੰਦੇ ਨੇ, ਸ਼ੌਕ ਅਵੱਲੇ ਤਾਂ ਹੁੰਦੇ ਨੇ, ਉਹਨਾਂ ਦੀ ਸੋਚ ਨੂੰ ਔਰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਜੋ ਸਟਰੈਂਥ ਹੁੰਦੀ ਹੈ, ਜੋ ਤਾਕਤ ਹੁੰਦੀ ਹੈ, ਉਹ ਵੀ ਦੇਸ਼ ਦੇ ਵਿੱਚ ਉਸ ਨੂੰ ਕਿਸੇ ਪੁਖਤਾ ਕੋਈ ਉਹ ਕਹਿੰਦੇ ਨਾ ਕਿ ਕਿਸੇ ਉਸਦੀ ਲੋੜ ਨਹੀਂ ਹੈਗੀ ਕਿ ਅਗਰ ਉਹ ਆਪਣੇ ਮਨ ਦੇ ਵਿੱਚ ਕੁਛ ਠਾਣ ਲੈਣ ਪੰਜਾਬੀ ਤਾਂ ਉਸ ਨੂੰ ਕਰਕੇ ਹੀ ਹਟਦੇ ਨੇ। ਸੋ ਜ਼ਿਆਦਾ ਸਮੇਂ ਨਾ ਲੈਂਦੇ ਹੋਏ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਉਸ ਪੰਜਾਬੀ ਦੇ ਨਾਲ, ਉਸ ਸ਼ਖਸ ਦੇ ਨਾਲ ਜਿਨ੍ਹਾਂ ਨੇ ਆਪਣਾ ਸੁਪਨਾ ਸੱਚ ਕਰ ਦਿੱਤਾ ਹੈ। ਬਹੁਤ ਮੁਸ਼ਕਿਲ ਹੁੰਦਾ ਹੈ ਜਿਸ ਚੀਜ਼ ਨੂੰ ਇਸ ਵੇਲੇ ਇਸ ਮਾਹੌਲ ਦੇ ਵਿੱਚ ਔਰ ਇਸ ਟਾਈਮ ਦੇ ਵਿੱਚ ਉਸਨੂੰ ਸੱਚ ਕਰ ਦਿਖਾਉਣਾ, ਲੇਕਿਨ ਫਿਰ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਬਹੁਤ ਹੀ ਖਾਸ, ਬਹੁਤ ਹੀ ਪਿਆਰੇ, ਬਹੁਤ ਹੀ ਇਸ ਵੇਲੇ ਹਰ ਦਿਲ ਅਜੀਜ਼ ਲਖਵਿੰਦਰ ਜੀ ਦੇ ਨਾਲ। ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਥੈਂਕ ਯੂ। ਸੋ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਾਂਗੀ ਕਿ ਜੋ ਸੁਪਨਾ ਉਹਨਾਂ ਨੇ ਆਪਣਾ ਸੱਚ ਕਰ ਦਿਖਾਇਆ ਹੈ, ਕਿਸ ਤਰ੍ਹਾਂ ਉਹਦੀ ਸ਼ੁਰੂਆਤ ਹੋਈ ਔਰ ਉਸ ਸੁਪਨੇ ਨੂੰ ਤਸਵੀਰ ਦਾ ਰੂਪ ਹੈ ਜਿਹੜਾ ਉਹ ਦੇ ਦਿੱਤਾ, ਉਸ ਨੂੰ ਹਕੀਕਤ ਦੇ ਵਿੱਚ ਬਦਲ ਦਿੱਤਾ, ਇਹ ਸਾਰੀ ਜਾਣਕਾਰੀ ਅਸੀਂ ਉਹਨਾਂ ਦੇ ਕੋਲੋਂ ਹੀ ਲਵਾਂਗੇ। ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਤੁਹਾਡਾ ਜਿਹੜਾ ਤੁਸੀਂ ਆਹ ਸੋਚੋ ਕਿ ਸਾਰਾ ਕੁਛ ਤਾਂ ਤੁਸੀਂ ਆਪ ਹੀ ਦੱਸੀ ਜਾਂਦੇ ਹੋ, ਤਾਂ ਉਹਨਾਂ ਨੇ ਕੀ ਦੱਸਣਾ। ਸੋ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ, ਮੈਂ USA ਤੋਂ ਸੈਕਰਾਮੈਂਟੋ ਰਹਿੰਦਾ ਜੀ, ਅਤੇ ਉੱਥੋਂ ਮੈਂ ਆ ਰਿਹਾ ਜੀ ਇੰਡੀਆ ਨੂੰ ਬਾਈ ਰੋਡ ਟਰੈਵਲ ਕਰਕੇ। ਸੋ ਤੁਹਾਨੂੰ ਥੋੜ੍ਹਾ ਜਿੰਨਾ ਮੈਂ ਜ਼ਰੂਰ ਹੁਣ ਦੱਸਣਾ ਚਾਹਾਂਗੀ ਕਿ ਇਹ ਉਹ ਸ਼ਖਸ ਹੈ ਜੋ 1985 ਦੇ ਵਿੱਚ ਆਪਣੀ ਪੂਰੀ ਫੈਮਿਲੀ ਦੇ ਨਾਲ ਅਮੈਰੀਕਾ ਸ਼ਿਫਟ ਹੋ ਗਏ ਸਨ ਪੰਜਾਬ ਤੋਂ। ਪੰਜਾਬ ਜਲੰਧਰ ਦੇ ਹੀ ਇਹ ਰਹਿਣ ਵਾਲੇ ਨੇ, ਅਸੀਂ ਇਸ ਵੇਲੇ ਉਹਨਾਂ ਦੇ ਘਰੇ ਮੌਜੂਦ ਹਾਂ। ਸੋ ਅਮੈਰੀਕਾ ਤੋਂ ਗੱਡੀ ਡਰਾਈਵ ਕਰਕੇ, ਯੂ ਕਾਂਟ ਬਿਲੀਵ ਦਿਸ, ਅਮੈਰੀਕਾ ਤੋਂ ਗੱਡੀ ਡਰਾਈਵ ਕਰਕੇ ਉਹ ਆਪ ਇੱਥੇ ਪੰਜਾਬ ਆਏ ਨੇ, ਆਪਣੇ ਸ਼ਹਿਰ ਜਲੰਧਰ ਦੇ ਵਿੱਚ ਆਏ ਨੇ। ਸੋ ਇਹ ਕਿੱਦਾਂ ਉਹਨਾਂ ਨੇ ਸੋਚਿਆ, ਕਿੱਦਾਂ ਉਹਨਾਂ ਦੇ ਮਾਇੰਡ 'ਚ ਆਇਆ ਔਰ ਕਿੱਦਾਂ ਕਿੱਦਾਂ ਉਹਨਾਂ ਨੇ ਸਾਰਾ ਇਹ ਪਲੈਨ ਕੀਤਾ ਔਰ ਉਸਨੂੰ ਅੰਜਾਮ ਦੇ ਦਿੱਤਾ, ਸੋ ਇਸ ਬਾਰੇ ਗੱਲਬਾਤ ਕਰਦੇ ਹਾਂ। ਸਰ ਕਿੱਦਾਂ ਸਬਬ ਬਣਿਆ ਸਾਰਾ, ਕਿ ਪੰਜਾਬੀਆਂ ਦੇ ਤਾਂ ਵੈਸੇ ਇੱਕ ਵੱਖਰੀ ਗੱਲ ਹੈ, ਜੇ ਆਪਾਂ ਸੋਚ ਲਈਏ ਤਾਂ ਉਸਨੂੰ ਕਰਕੇ ਹੀ ਹਟੀਦਾ, ਅਤੇ ਕਿੱਦਾਂ ਮਤਲਬ ਕਿ ਇਹ ਕੁਛ ਬੜਾ ਅਨਬਿਲੀਵੇਬਲ ਜੀ ਚੀਜ਼ ਆ ਕਿ ਲੋਕ ਪਰੇਸ਼ਾਨ ਹੋ ਜਾਂਦੇ ਕਿ ਕਿੱਦਾਂ ਇਹ ਕਿੱਦਾਂ ਹਾਓ। ਇਹ ਜੀ ਪਲੈਨ ਕਰੋਨਾ ਦੇ ਵਿੱਚ ਬਣਿਆ ਸੀ, ਪਲੈਨ ਦੇ ਵਿੱਚ ਬਣਿਆ, ਉੱਦਾਂ ਹੀ ਮਾਇੰਡ 'ਚ ਆ ਗਿਆ, ਘਰ ਬੈਠੇ 2 ਮਹੀਨੇ ਘਰ ਬੈਠਾ ਰਿਹਾ, ਸਭ ਕੋਈ ਬਿਜ਼ਨਸ ਬੰਦ ਸੀ, ਅਤੇ ਉਦੋਂ ਨਾ TV 'ਤੇ ਕੋਈ ਨਿਊਜ਼ ਆ ਰਹੀ, ਕੁਛ ਦੇਖਣ ਨੂੰ ਸੀ। ਉਦੋਂ ਮਨ 'ਚ ਮੇਰੇ ਬਣਿਆ ਯਾਰ ਕੋਈ ਇੱਦਾਂ ਦਾ ਕਰੀਏ ਅਜੀਬ ਜਿਹਾ ਕੋਈ, ਲੱਗਾ ਰਿਹਾ ਸੋਚਦਾ ਰਿਹਾ ਸੋਚਦਾ ਰਿਹਾ, ਫਿਰ ਅਚਾਨਕ ਮਨ 'ਚ ਬਾਈ ਰੋਡ ਚੱਲਦੇ ਇੰਡੀਆ ਨੂੰ ਜੀ। ਉਹ ਫਿਰ ਲੱਗ ਗਏ 3 ਸਾਲ ਲੱਗ ਗਏ ਪਲੈਨ ਕਰਦੇ ਕਰਦੇ, ਕਦੀ ਕੁਛ ਕਦੀ ਕੁਛ ਕਦੀ ਕੁਛ, ਕਦੀ ਕਰੋਨਾ ਇਸ ਕੰਟਰੀ 'ਚ, ਦੂਸਰੇ ਕੰਟਰੀ, ਤੀਸਰੇ ਕੰਟਰੀ, ਹੌਲੀ 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 3.5 ਸਾਲ 'ਚ ਮੇਰੇ ਪੂਰੇ ਡਾਕੂਮੈਂਟ, ਮੇਰੇ ਔਰ ਮੇਰੇ ਗੱਡੀ ਦੇ, ਸਾਡੇ ਦੋਨਾਂ ਦੇ ਡਾਕੂਮੈਂਟ ਕੰਪਲੀਟ ਹੋ ਗਏ ਸੀ। ਫਿਰ ਮੈਂ ਅਗਸਤ 'ਚ ਮੈਂ ਉੱਥੋਂ
तुर पिया सी अमेरिका तो। एक गड्डी यूके तक मेरी शिप जाई है, तो अगे इन्हें फेक भरी शिप एक इंग्लिश चैनल पेंदा छोटा जहा उत्थे 37 मिनट फिर ट्रेन च बड़ी सी, फिर आ गए अगे 37 मिनट तो बाद फिर पूरा सफर 53 दिन बाई रोड ही रही रोड उपर रही है। ਕਿੱਦਾਂ ਦੇ ਚੈਲੰਜਸ ਜਿਹੜੇ ਆਏ ਨੇ, ਮੈਂ ਜ਼ਰੂਰ ਚਾਹਾਂਗੀ ਕੈਮਰਾ ਪਰਸਨ ਨੂੰ ਕਿ ਉਹ ਇੱਕ ਵਾਰ ਪੂਰਾ ਰਾਊਂਡ ਕਰਕੇ ਨਾ ਗੱਡੀ ਦੀ ਇੱਕ ਲੁੱਕ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਗੱਡੀ ਦੇਖੋ USA ਤੁਸੀਂ ਆਪਣੇ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਗੱਡੀ ਬਾਏ ਰੂਟ ਇੱਕ ਪਲਾਨ ਹੈ ਜਿਹੜਾ ਉਹ ਪੂਰਾ, ਉਸ ਤੋਂ ਬਾਅਦ ਕਿੱਥੇ ਪਹੁੰਚੇ ਆ, ਉਸ ਤੋਂ ਬਾਅਦ ਰੂਟ ਲੈ ਕੇ ਅਤੇ ਕਿੱਥੇ ਨੂੰ ਅੱਗੇ ਗੱਡੀ ਤੁਰੀ ਹੈ। ਸੋ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਗੱਡੀ ਦੇ ਉੱਪਰ ਪੂਰੇ ਜਿਹੜੇ ਇੱਕ ਨਕਸ਼ਾ ਜਿਹੜਾ ਬਣਾਇਆ ਗਿਆ ਔਰ ਉਸ ਤੋਂ ਬਾਅਦ ਕਿੱਦਾਂ ਕਿੱਦਾਂ ਇਹਨੂੰ ਟਰੈਵਲ ਕਰਕੇ ਲਿਆਂਦਾ ਗਿਆ ਵਾ, ਸਾਰੀ ਜਾਣਕਾਰੀ ਵੀ ਤੁਹਾਨੂੰ ਜ਼ਰੂਰ ਦੇਣਾ ਚਾਹਾਂਗੇ, ਕਿਉਂਕਿ ਇੱਕ ਗੱਡੀ ਦੇ ਉੱਤੇ ਬਣੀਆਂ ਤਸਵੀਰਾਂ ਖੁਦ ਆਪਣੇ ਮੂੰਹ ਨਾਲ ਬਿਆਨ ਕਰ ਰਹੀਆਂ ਨੇ ਕਿ ਇਸ ਦੇ ਉੱਤੇ ਜਿਹੜੀ ਹੈ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਜੋ ਤਸਵੀਰ ਹੈ ਉਹ ਤੁਹਾਡੇ ਵੱਲੋਂ ਜਿਹੜੀ ਉਹ ਬਣਾਈ ਗਈ ਹੈ, ਅਤੇ ਇਹ ਸਾਰੀ ਤਿਆਰੀ ਗੱਡੀ ਦੀ ਜਿਹੜੀ ਹੋਈ ਹੈ ਉੱਥੋਂ ਤੁਸੀਂ ਤੁਰੇ ਹੋ ਔਰ ਜੋ ਤੁਸੀਂ ਇੱਕ ਗਿਣਤੀ ਜਿਹੜਾ ਦਿਨਾਂ ਦੀ ਤੁਸੀਂ ਦੱਸ ਰਹੇ ਹੋ ਸ਼ੁਰੂਆਤ ਹੋਈ ਆ, ਉਸ ਤੋਂ ਬਾਅਦ ਕਿੱਦਾਂ ਦਾ ਐਕਸਪੀਰੀਅੰਸ ਹੈ ਜਿਹੜਾ ਹੁਣ ਤੱਕ ਦਾ ਚੱਲਦਾ ਆ ਰਿਹਾ, ਕਿੱਦਾਂ ਕਿੱਦਾਂ ਲੋਕਾਂ ਨਾਲ ਤੁਸੀਂ ਮਿਲੇ ਹੋ, ਕੀ ਜਿਹੜੀ ਆ ਉਹ ਰਸਤੇ ਦੇ ਵਿੱਚ ਘਟਨਾਵਾਂ ਇੱਦਾਂ ਦੀਆਂ ਜਿਹੜੀ ਕਿ ਮੈਮੋਰੇਬਲ ਮੂਮੈਂਟ ਬਣ ਗਏ ਨੇ ਤੁਹਾਡੇ ਰਸਤੇ 'ਚ? ਜੀ ਘਟਨਾਵਾਂ ਸਾਰੀਆਂ ਚੰਗੀਆਂ ਹੋਈਆਂ। ਸਭ ਤੋਂ ਪਹਿਲਾਂ ਸਟੋਪੇਜ ਤੁਹਾਡਾ ਸ਼ੁਰੂ ਹੋਈ ਜਦੋਂ, ਉਸ ਤੋਂ ਬਾਅਦ ਤੁਹਾਡਾ ਸਟੋਪੇਜ ਕਿੱਥੇ ਸਭ ਤੋਂ ਪਹਿਲਾਂ ਸੀ? ਮੇਰਾ ਸਭ ਤੋਂ ਪਹਿਲਾਂ ਸਟਾਪ UK ਤੋਂ ਬਾਅਦ ਆਇਆ, ਪਹਿਲੇ ਸਟਾਪ UK ਸੀ, ਉਸ ਤੋਂ ਬਾਅਦ ਮੇਰਾ ਸਟਾਪ ਆਇਆ ਪੈਰਿਸ ਫਰਾਂਸ, ਉਸ ਤੋਂ ਬਾਅਦ ਮੈਂ ਚਲਾ ਗਿਆ ਜੀ ਬ੍ਰਸਲ ਬੈਲਜੀਅਮ, ਉਸ ਤੋਂ ਬਾਅਦ ਫਿਰ ਮੈਂ ਪੈਰਿਸ ਆ ਗਿਆ। ਐਕਚੁਲੀ ਪੈਰਿਸ ਤੋਂ ਬਾਅਦ ਮੈਂ ਚਲਾ ਗਿਆ ਜਰਮਨੀ, ਸਵਿਸ, ਆਸਟਰੀਆ, ਸਰਬੀਆ, ਐਸੀ ਨਿੱਕੇ ਨਿੱਕੇ ਕੰਟਰੀ ਬਹੁਤ ਆਏ ਆ। ਉਸ ਤੋਂ ਬਾਅਦ ਫਿਰ ਵੱਡਾ ਕੰਟਰੀ ਆ ਗਿਆ ਟਰਕੀ, ਈਰਾਨ, ਪਾਕਿਸਤਾਨ, ਆਪਣਾ ਬਾਘਾ ਬੋਰਡਰ, ਅਤੇ ਅੰਮ੍ਰਿਤਸਰ ਸਾਹਿਬ, ਅਤੇ ਜਲੰਧਰ ਤੋਂ ਲੰਮਾ ਪਿੰਡ ਜੀ। ਸੋ ਹਰ ਇੱਕ ਸਟੋਪੇਜ ਦੀ ਇੱਕ ਘਟਨਾ ਹੋਣੀ ਹੈ ਕੋਈ ਇੱਦਾਂ ਦੀ ਜਿਹੜੀ ਅਸੀਂ ਜ਼ਰੂਰ ਚਾਹਾਂਗੇ ਕਿ ਸਾਡੇ ਦਰਸ਼ਕ ਵੀ ਉਸ ਚੀਜ਼ ਨੂੰ ਸੁਣਨ ਕਿ ਜੋ ਇਹ ਸਫ਼ਰ ਹੈ, ਜੋ ਇੱਕ 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 ਜਨੂਨ ਹੁੰਦਾ ਜੋ ਤੁਸੀਂ ਆਪਣਾ ਤਸਵੀਰ ਦੇ ਰੂਪ ਵਿੱਚ ਇਹਨੂੰ ਸੱਚ ਕੀਤਾ, ਚਾਹੇ ਉਹ ਗੱਡੀ ਦੇ ਉੱਤੇ ਚਿੱਤਰਕਾਰੀ ਹੈ ਜਿਹੜੀ ਹੈ, ਅਤੇ ਚਾਹੇ ਤੁਹਾਡੀ ਸੋਚ ਹੈ ਕਿੱਦਾਂ ਕਿੱਦਾਂ ਇਹ ਸਾਰਾ ਕੁਛ ਹੈ ਜਿਹੜਾ, ਉਹ ਵੀ ਜ਼ਰੂਰ ਅਸੀਂ ਜਾਣਨਾ ਚਾਹਾਂਗੇ। ਮਾੜੀ ਘਟਨਾ ਕੋਈ ਨਹੀਂ ਜੀ, ਕਿਸੇ ਸ਼ਹਿਰ ਵੀ ਕਿਸੇ ਪਿੰਡ ਵੀ, ਮੈਂ ਪਿੰਡਾਂ ਸ਼ਹਿਰ ਘੁੰਮਦਾ ਹਾਂ, ਸਾਰੀਆਂ ਚੰਗੀਆਂ ਚੰਗੀਆਂ ਘਟਨਾ ਹੋਈਆਂ ਜੀ। ਚੰਗੀਆਂ ਘਟਨਾ ਲੰਡਨ ਤੋਂ ਸ਼ੁਰੂ ਹੋਇਆ, ਅਤੇ ਸਾਰੇ ਹੈਰਾਨ ਸੀ ਵੀ ਇਕੱਲਾ ਮੁਸਾਫਰ, ਉਹ ਵੀ ਇਕੱਲਾ ਐਡੀ ਗੱਡੀ ਕਿੱਥੇ ਇਹਨੇ ਸਫ਼ਰ ਕਰਨਾ। ਗੋਰੇ ਵੀ ਰਾਹ 'ਚ ਹੈਰਾਨ ਹੁੰਦੇ ਸੀ, ਉਹ ਵੀ ਕਹਿੰਦੇ ਖਾਈ ਸ਼ੋਰ 'ਚ ਜਾ ਰਹੇ ਇੰਡੀ ਜਾ ਰਹੇ। ਐਕਚੁਲੀ ਉਹਨਾਂ ਨੂੰ ਯਕੀਨ ਉਦੋਂ ਹੁੰਦਾ ਜਦੋਂ ਇਹਦਾ ਸਟੇਅਰਿੰਗ ਲੈਫਟ ਸਾਈਡ 'ਤੇ ਆ, ਦੂਜਾ ਯਕੀਨ ਉਹਨਾਂ ਉਦੋਂ ਦਾ ਪਿੱਛੇ ਜੋ ਕੈਲੀਫੋਰਨੀਆ ਦੀ ਲਾਇਸੈਂਸ ਪਲੇਟ ਆ। ਫਿਰ ਕਹਿੰਦੇ ਜੀ ਸ਼ੋਰ ਚੱਲਾ ਆ, ਮੈਂ ਕਿਹਾ ਹਾਂ। ਇੱਦਾਂ ਹੀ ਹਰ ਬੰਦਾ ਜਿੱਥੇ ਤੇਲ ਪਾਉਣਾ ਲੋਕ ਇਕੱਠੇ ਹੋ ਜਾਂਦੇ ਸੀ ਵੀ ਕੀ ਕਰ ਰਿਹਾ ਬੰਦਾ। ਉਹ ਕਹਿੰਦੇ ਤੈਨੂੰ ਡਰ ਨਹੀਂ ਲੱਗਣਾ ਰਾਜ ਲੰਘਣਾ, ਇੰਨੇ ਕੰਟਰੀ ਲੰਘਣੀ ਛੋਟੇ, ਜੋ ਤੁਹਾਡਾ ਮਾਇੰਡ ਸੈੱਟ ਹੋਵੇ ਮੈਂ ਅੱਗੇ ਜਾਣਾ, ਫਿਰ ਤੈਨੂੰ ਮਾੜੇ ਮੋਟੇ ਡਰ ਤੈਨੂੰ ਕੁਛ ਨਹੀਂ ਕਹਿੰਦੇ। ਅਤੇ ਮਾੜਾ ਮੋਟਾ ਕੋਈ ਹੈਪਨ ਹੋ ਜਾਂਦਾ, ਇਹਨਾਂ ਤੋਂ ਮੈਂ 10 ਕਿਲੋਮੀਟਰ ਜਾਂ ਤਾਂ ਹੈਪਨ ਹੋ ਜਾਂਦਾ ਬੰਦੇ ਦਾ, ਇਹ ਕੋਈ ਵੱਡੀ ਗੱਲ ਨਹੀਂ। ਨੈਕਸਟ ਇਸ ਤੋਂ ਬਾਅਦ ਦੀ ਘਟਨਾ ਜਿਹੜੀ ਦਿਮਾਗ ਦੇ ਵਿੱਚ ਸਾਰੀ ਜ਼ਿੰਦਗੀ, ਤਾਂ ਜ਼ਿੰਦਗੀ ਇੱਕ ਤਾਂ ਮਾਇੰਡ 'ਚ ਰਹੇਗੀ, ਤਾਂ ਪਲੱਸ ਜਿਹੜੇ ਲੋਕਾਂ ਨੂੰ ਤੁਸੀਂ ਉਸ ਗੱਲ ਬਾਰੇ ਦੱਸੋਗੇ, ਅਤੇ ਉਹ ਗੱਲ ਵੀ ਜ਼ਰੂਰ ਅਸੀਂ ਜਾਣਨਾ ਚਾਹੁੰਦੇ ਕਿ ਕੁਝ ਇੰਸੀਡੈਂਟਸ ਤੁਹਾਡਾ, ਤੁਸੀਂ ਜਦੋਂ ਇਸ ਤੋਂ ਅੱਗੇ ਵਧੇ ਹੋ, ਨੈਕਸਟ ਵਾਲਾ ਤੁਹਾਡਾ ਪਲੇਟਫਾਰਮ ਰਿਹਾ ਜਿਹੜਾ ਪਹੁੰਚੇ ਹੋ ਜਿੱਥੇ, ਉੱਥੇ ਬਾਰੇ। ਨੈਕਸਟ ਟਾਈਮ ਮੇਰਾ ਸੀ, ਮੈਂ ਜਦੋਂ ਗੱਡੀ 'ਤੇ ਆ ਰਿਹਾ ਸੀ ਰਾਜ, ਅੱਜ ਕੱਲ੍ਹ ਲੋਕ ਹਿੱਚ ਚੈਕਿੰਗ ਬੁੱਕ ਕਰ ਰਹੇ ਆ, ਉਹ ਮੈਂ ਇੱਕ ਦੂਜੇ ਕੋਲ ਰਾਈਡ ਲੈ ਕੇ, ਮੈਨੂੰ 2 ਕੁੜੀਆਂ ਮਿਲੀਆਂ, ਉਹ ਸੀ ਹੋਲੈਂਡ ਦੀਆਂ, ਉਹਨਾਂ ਨੇ ਜਾਣਾ ਸੀ ਮੈਸੀਡੋਨੀਆ, ਉਹਨਾਂ ਨੇ ਮੇਰੇ ਕੋਲ 200 ਕਿਲੋਮੀਟਰ ਰਾਈਡ ਲਈ, ਕੋਈ ਪੈਸਾ ਨਹੀਂ ਲੈਂਦੇ ਕੋਈ ਵੀ ਕਿਸੇ ਕੋਲੋਂ। ਉਹਨਾਂ ਨੇ ਜਾਂਦਿਆਂ ਇੱਕ ਕੁਆਟਰ ਤਾਂ ਦਾਰੂ ਦਾ, ਉੱਥੇ ਇੱਦਾਂ ਸੁਣਾ ਪਤਾ ਕਿ ਉੱਥੇ ਕੁੜੀਆਂ ਮੁੰਡਿਆਂ ਕੋਈ ਫਰਕ ਨਹੀਂ। ਅਤੇ ਐਕਚੁਲੀ ਉਦੋਂ ਮੈਨੂੰ ਇੱਕ ਇਸ ਤਰ੍ਹਾਂ ਹੀ, ਫਿਰ ਮੈਂ ਕਿਸੇ ਰਾਈਡ ਲਈ, ਉਹ ਕੁੜੀ ਮੁੰਡਾ ਸੀ, ਉਹ ਸੀ ਪਤਾ ਨਹੀਂ ਕਿਉਂ ਹੋਲੈਂਡ ਕਿੱਥੇ ਸੀ, ਉਹਨਾਂ ਮੈਨੂੰ ਕਾਰਡ ਦਿੱਤਾ, ਥੈਂਕ ਯੂ ਕਾਰਡ। ਉਹ ਮੇਰੇ ਕੋਲ ਬੜੀ ਵੱਡੀ ਮੇਰੇ ਕੋਲ ਹੋਈ ਭੁੱਲ ਵੀ ਮੈਨੂੰ ਵੀ ਜੋ ਕੁਛ ਲੈ ਕੇ ਨਾਲ ਤੁਰਨਾ ਚਾਹੀਦਾ ਸੀ,
ਕੋਈ ਜੋ ਤੈਨੂੰ ਕੋਈ ਨਾ ਗਿਫਟ ਦਾ ਤੁਹਾਡਾ ਫਰਜ਼ ਬੰਦਾ ਨੂੰ ਚਾਹੀ ਮੈਨੂੰ ਤੁਸੀਂ ਸਿੰਗਲ ਡਾਲਰ ਲੈ ਕੇ ਤੁਰ ਪਓ ਉੱਥੇ ਸਟੈਂਪ ਲਾ ਕੇ USA ਦੀ US ਰੋਡ ਦੀ ਉਹ ਮੈਨੂੰ ਬੜੀ ਗਲਤੀ ਹੋਈ ਹੈ ਉਦੋਂ ਮੈਂ ਬੜਾ ਨਰਵਸ ਸੀਗਾ ਜਦੋਂ ਲੋਕ ਮੈਨੂੰ ਗਿਫਟ ਦਿੰਦੇ ਅਤੇ ਮੈਂ ਉਹਨਾਂ ਨੂੰ ਕੁਛ ਨਹੀਂ ਦੇ ਸਕਿਆ ਇੱਕ ਟੈਕਸੀ ਵਾਲਾ ਮੈਨੂੰ ਮਿਲਿਆ ਮੇਰੇ ਕੋਲ ਫੋਟੋ ਆਇਆ ਇਰਾਨ ਦੇ ਵਿੱਚ ਉਹ ਮੈਂ ਉਹਦੇ ਬੈਠਾ ਸੀ ਆਰਾਮ ਕਰ ਚਾਹ ਲੈ ਕੇ ਮੇਰੇ ਕੋਲ ਆ ਗਿਆ ਇੱਦਾਂ ਦੇ ਬੜਾ ਕੁਛ ਹੋਇਆ ਕੋਈ ਮੈਨੂੰ ਹਦਵਾਣਾ ਦੇ ਰਿਹਾ ਆ ਮੈਨੂੰ ਟਰਾਈ ਕਰਦਾ ਪੈਸੇ ਦੇਣ ਦੀ ਕੋਈ ਮੈਨੂੰ ਕੈਸ਼ ਦੇ ਰਿਹਾ ਅਤੇ ਨਿਲ ਸੋ ਡਾਲਰ ਅੱਧ ਯੂਰੋ ਚੱਲਦੇ ਜੀ ਲੱਗਿਆ ਇਸ ਪਾਣੀ ਉੱਥੋਂ ਮੈਨੂੰ ਕਿਸੇ ਹੋਟਲਾਂ ਸਪੋਂਸਰ ਕਰਦੇ ਪਏ ਕੋਈ ਪੈਸੇ ਨਹੀਂ ਲੈਂਦਾ ਪਿਆ ਅਤੇ ਜਿੱਦਾਂ ਕਹਿੰਦਾ ਵੀ ਛਿੱਲ ਨਹੀਂ ਕਿਸੇ ਨੇ ਰਾਜ ਲਾਈ ਜਿੱਦਾਂ ਦਾ ਟੂਰਿਸਟ ਨੂੰ ਛਿੱਲ ਵਾਲੇ ਨੇ ਮੁੜ ਕੇ ਨਹੀਂ ਆਉਣਾ ਇੱਦਾਂ ਦਾ ਕਿਤੇ ਵੀ ਕੋਈ ਹੈਪਨ ਨਹੀਂ ਸਭ ਕੁਛ ਸਮੂਥ ਸੀ ਈਵਨ ਬੋਰਡਰ ਕ੍ਰਾਸ ਕੀਤੇ ਈਵਨ ਗੱਡੀ ਦੇ ਪੇਪਰ ਚੈੱਕ ਕਰਾਏ ਈਵਨ ਮੇਰੀ ਗੱਡੀ ਨੂੰ ਟਾਇਰ ਦੀ ਹਵਾ ਤੱਕ ਨਹੀਂ ਮੈਂ ਚੈੱਕ ਕੀਤੀ ਜਦੋਂ 53 ਅੱਜ ਤੋਂ ਚਲੋ 2 ਮਹੀਨੇ ਪਲੱਸ ਹੋ ਗਏ ਆ ਕਦੀ ਮੈਨੂੰ ਕੋਈ ਬਾਬੇ ਵੱਲੋਂ ਮਿਹਰ ਆਈ ਮੇਰੀ ਅੱਛਾ ਇਸ ਤੋਂ ਬਾਅਦ ਇੱਕ ਇੰਸੀਡੈਂਟਸ ਜ਼ਰੂਰ ਅਸੀਂ ਜ਼ਰੂਰ ਸਾਂਝਾ ਕਰਨਾ ਚਾਹਾਂਗੇ ਇੱਕ ਜਿਹੜੀ ਗੱਲ ਆ ਰਹੀ ਸੀਗੀ ਕਿ ਜਦੋਂ ਇੱਕ ਮਨ ਦੇ ਵਿੱਚ ਇੱਕ ਵਹਿਮ ਹੁੰਦਾ ਕਿ ਇੱਕ ਕੰਟਰੀ ਬਾਰੇ ਜਿਹੜੀ ਪਾਕਿਸਤਾਨ ਹੈ ਤਾਂ ਉਸ ਕੰਟਰੀ ਬਾਰੇ ਇੱਕ ਦਿਮਾਗ ਦੇ ਵਿੱਚ ਹਰੇਕ ਬੰਦੇ ਦੇ ਦਿਲ ਦੇ ਵਿੱਚ ਇੱਕ ਖੌਫ ਹੈ ਇੱਕ ਡਰ ਹੈ ਕਿ ਉੱਥੇ ਦੇ ਬੰਦੇ ਕਿੱਦਾਂ ਦੇ ਹੁੰਦੇ ਨੇ ਬਿਹੇਵੀਅਰ ਉਹਨਾਂ ਦਾ ਕਿੱਦਾਂ ਦਾ ਹੁੰਦਾ ਸੋ ਤੁਹਾਡਾ ਸਟੋਪੇਜ ਜਿਹੜਾ ਉੱਥੋਂ ਦੀ ਆਉਂਦੇ ਆਉਂਦੇ ਜਦੋਂ ਪਾਕਿਸਤਾਨ ਤੱਕ ਪਹੁੰਚੇ ਤੁਸੀਂ ਉੱਥੇ ਜਿਹੜੀ ਪ੍ਰੋਬਲਮਸ ਆਉਂਦੀਆਂ ਨੇ ਉਸ ਦੇ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਉੱਥੇ ਐਂਟਰੀ ਕਰਨ ਦੇ ਲਈ ਸਭ ਤੋਂ ਵੱਡੀ ਅਤੇ ਇੱਕ ਦਿੱਕਤ ਹੁੰਦੀ ਇੱਕ ਦਿੱਕਤ ਇਹ ਕਿ ਜਦੋਂ ਤੁਸੀਂ ਉੱਥੋਂ ਦੀ ਟਰੈਵਲਿੰਗ ਦੇ ਲਈ ਅਮੈਰੀਕਾ ਤੋਂ ਨਿਕਲੇ ਹੋ ਉਸ ਦਿੱਕਤ ਬਾਰੇ ਜਾਣਨਾ ਚਾਹਾਂਗੇ ਪਲੱਸ ਜਦੋਂ ਤੁਸੀਂ ਐਂਟਰੀ ਕਰਨੀ ਸੀ ਪਾਕਿਸਤਾਨ ਦੇ ਵਿੱਚ ਇਹਨਾਂ ਦੋਨਾਂ ਘਟਨਾਵਾਂ ਬਾਰੇ ਥੋੜ੍ਹਾ ਜਿੰਨਾ ਅਸੀਂ ਜਾਣਨਾ ਜ਼ਰੂਰ ਚਾਹਾਂਗੇ ਐਕਚੁਅਲੀ ਘਟਨਾ ਤਾਂ ਨਹੀਂ ਕੋਈ ਹੋਈ ਸਮੂਥ ਸੀ ਐਕਚੁਅਲੀ ਮੈਂ ਇਰਾਨ ਦਾ ਬੋਰਡਰ ਪੈਂਦਾ ਮੀਰਜ਼ਾਵਾ ਇੱਧਰੋਂ ਬੋਰਡਰ ਪੈਂਦਾ ਟਫਟਾਨ ਉੱਧਰੋਂ ਬੋਰਡਰ 'ਤੇ ਮੈਨੂੰ ਕੋਈ ਲੱਗ ਗਿਆ 40-50 ਮਿੰਟ ਘੰਟਾ ਦੋ ਲੱਗ ਗਿਆ ਕਿੰਨਾ ਮੈਨੂੰ ਕਨਫਰਮ ਨਹੀਂ ਉੱਥੋਂ ਮੈਂ ਕ੍ਰਾਸ ਕਰਕੇ ਟਫਟਾਨ ਤੋਂ ਕ੍ਰਾਸ ਕੀਤਾ ਮੈਨੂੰ ਉਹਨਾਂ ਨੇ ਹੋਲਡ ਕਰ ਲਿਆ ਜੀ ਪਾਕਿਸਤਾਨ ਦੀ ਆਰਮੀ ਨੇ ਵੀ ਉਹਨਾਂ ਨੇ ਮੈਨੂੰ ਕ੍ਰਾਸ ਕਰਾਉਣਾ ਜੀ ਪੂਰਾ ਬਲੋਚਿਸਤਾਨ ਸੇਫ ਸੀ ਉਹਨਾਂ 5 ਦਿਨ ਮੈਨੂੰ ਲਾਏ ਆ ਮੰਡੇ ਕੈਚ ਕੀਤਾ ਮੈਨੂੰ ਅਤੇ ਫਰਾਈਡੇ ਨਾਈਟ ਮੈਨੂੰ 10:30 ਵਜੇ ਇਸਲਾਮਾਬਾਦ ਹੋਟਲ ਛੱਡ ਗਈ ਸੀ ਅੱਗੇ ਮੈਂ ਫਰੀ ਸੀ ਫਿਰ ਅੱਗੇ ਫਿਰ ਟਰਾਈ ਕਰਦੇ ਪੰਜਾਬ ਵਾਲੇ ਮੈਨੂੰ ਸਕਿਉਰਟੀ ਦਿੰਦੀ ਮੈਂ ਟਰਾਈ ਕਰਦਾ ਨਾ ਲਵਾਂ ਕਿਉਂਕਿ ਤੁਹਾਡੀ ਪ੍ਰਾਈਵੇਸੀ ਸਾਰੀ ਖਤਮ ਹੋ ਜਾਂਦੀ ਹੈ ਤੁਸੀਂ ਆਪਣੀ ਮਰਜ਼ੀ ਨਾਲ ਕਿਤੇ ਰੋਕ ਨਹੀਂ ਸਕਦੇ ਫਿਰ ਹੋਰ ਤਰ੍ਹਾਂ ਫੀਲ ਹੁੰਦਾ ਵੀ ਨਾਲ ਤੁਹਾਡੀ ਸਕਿਉਰਟੀ ਘੁੰਮਦੀ ਪਈ ਆ ਨਨਕਾਣਾ ਸਾਹਿਬ ਗਿਆ ਉਹ ਵੀ ਇੱਦਾਂ ਹੀ ਕਰਦੇ ਸਕਿਉਰਟੀ ਲੜੋ ਮੈਂ ਕਹਿੰਦਾ ਨਹੀਂ ਯਾਰ ਝੂਠ ਬੋਲ ਕੇ ਦੂਰ ਦੂਰ ਰਹਿੰਦੇ ਸੀ ਇਹ ਮੁੜ ਕੇ ਅੱਗ ਲੈਂਦਾ ਅੱਛਾ ਜਦੋਂ ਪਾਕਿਸਤਾਨ 'ਚ ਐਂਟਰੀ ਹੋ ਗਈ ਨਨਕਾਣਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਗੁਰਦੁਆਰਾ ਸਾਹਿਬ ਦੀ ਕਿਸ ਤਰ੍ਹਾਂ ਉੱਥੇ ਜਾ ਕੇ ਸਾਰਾ ਕੁਛ ਹੈ ਜਿਹੜਾ ਬੜੀ ਸਮੂਥਲੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਚੱਲਦਾ ਰਿਹਾ ਉਸਦੇ ਬਾਰੇ ਦੱਸੋ ਕਿਉਂਕਿ ਇੱਕ ਬੜੀ ਉਤਸੁਕਤਾ ਹੁੰਦੀ ਹੈ ਜਾਣਨ ਦੀ ਜਦੋਂ ਪਾਕਿਸਤਾਨ ਦੇ ਵਿੱਚ ਐਂਟਰੀ ਹੁੰਦੀ ਹੈ ਉਸਦੇ ਅੰਦਰ ਜਾ ਕੇ ਕੁਛ ਤੁਹਾਨੂੰ ਇੱਕ ਮਾਹੌਲ ਘਰ ਵਾਲਾ ਮਿਲਦਾ ਹੈ ਜਾਂ ਫਿਰ ਉੱਥੇ ਕੁਛ ਗੱਲ ਇੱਦਾਂ ਦੀ ਹੈ ਜਿਹੜੀ ਮਨ 'ਚ ਖੌਫ ਹੁੰਦਾ ਇੱਕ ਇੰਡੀਅਨ ਦੇ ਮਨ ਦੇ ਵਿੱਚ ਕਿ ਹਾਂ ਵੀ ਪਾਕਿਸਤਾਨ ਹੈ ਤਾਂ ਭਾਵਾਂ ਭਾਰਤ ਦੇ ਵਿੱਚੋਂ ਦੀ ਗਿਆ ਹੋਇਆ ਵਾ ਲੇਕਿਨ ਇੱਕ ਖੌਫ ਇਸ ਵੇਲੇ ਬਣਿਆ ਹੋਇਆ ਦੇਖੋ ਜੀ ਖੌਫ ਮੇਰੇ ਮਨ 'ਚ ਕੋਈ ਨਹੀਂ ਰਿਹਾ ਨਾ ਮੈਨੂੰ ਡਰ ਲੱਗਾ ਉੱਥੇ ਕੋਈ ਵੀ ਨਾ ਮੈਨੂੰ ਫੀਲ ਹੋਇਆ ਮੈਂ ਦੂਜੇ ਇਸ ਚੀਜ਼ ਮੈਨੂੰ ਫੀਲ ਕਿਤੇ ਵੀ ਨਹੀਂ ਮੈਂ ਦੂਜੇ ਕੰਟਰੀ ਘੁੰਮਦਾ ਪਿਆ ਮੈਨੂੰ ਇੰਨਾ ਪ੍ਰਾਊਡ ਆਪਣੇ ਆਪ 'ਤੇ ਮੈਨੂੰ ਲੋਕ ਲੋੜ ਤੋਂ ਵੱਧ ਸਪੋਰਟ ਕਰਦੇ ਪਏ ਆ ਮੈਂ ਪਾਕਿਸਤਾਨ ਐਂਟਰ ਮੈਂ ਇਸਲਾਮਾਬਾਦ ਰਾਤ ਰੱਖਿਆ ਫਿਰ ਦੂਜੇ ਮੈਂ ਗਿਆ ਉੱਥੇ ਪੰਜਾ ਸਾਹਿਬ ਆਪ ਡਰਾਈਵ ਕੀਤੀ ਆ ਕੋਈ ਪ੍ਰੋਬਲਮ ਨਹੀਂ ਪੰਜਾ ਸਾਹਿਬ ਤੋਂ ਫੈਸਲਾਬਾਦ ਨਨਕਾਣਾ ਸਾਹਿਬ ਈਵਨ ਮੈਂ ਬਾਬਾ ਫਰੀਦ ਦਾ ਡੇਰਾ ਆ ਪਾਕ ਪਤਨ ਉਹ ਦੇਖ ਕੇ ਆਇਆ ਵਾਰਸ ਸ਼ਾਹ ਜਿੱਥੇ ਬਹਿ ਕੇ ਹੀਰ ਲਿਖੀ ਸੀ ਉਹ ਦੇਖ ਕੇ ਆਇਆ ਹਿੰਦੂ ਟੈਂਪਲ ਦੇਖੇ ਆ 700-700 ਸਾਲ ਪੁਰਾਣੇ ਐਕਚੁਅਲੀ ਪੁਰਾਣੀਆਂ ਇਮਾਰਤਾਂ ਨੂੰ ਉੱਥੇ ਬਹੁਤ ਲੋੜ ਹੈ ਸਾਡੀ ਅਤੇ ਸਾਂਭਣ ਦੀ ਅਤੇ ਚਲੋ ਕੋਈ ਹੈ ਕੋਈ ਸੰਸਥਾ ਸਾਂਭੇ ਦੁੱਖ ਹੁੰਦਾ ਸਾਡੇ ਪੰਜਾਬੀਆਂ ਦੇ ਸਰਦਾਰਾਂ ਦੇ ਹਿੰਦੂ ਭਰਾਵਾਂ ਦੇ ਨਾਂ ਲਿਖੇ ਵੀ ਉਹਨਾਂ ਦੇ ਉੱਧਰ ਰਹਿ ਗਈਆਂ ਅਤੇ ਵੀ ਉਹ ਵੀ ਵਿਚਾਰੇ ਦੇਖਦੇ ਹੋਣ ਪਰ ਵੀ ਅਸੀਂ ਛੱਡ ਕੇ ਸਾਰੇ ਉਹਨਾਂ ਦੀ ਫੈਮਲੀ ਜਿਹੜੀ ਇੱਧਰ ਆਈਆਂ ਉਹ ਵੀ ਦੁਖੀ ਹੋਣੀਆਂ ਐਕਚੁਅਲੀ ਉਹਨਾਂ ਨੂੰ ਦੇਖਣਾ ਚਾਹੀਦਾ ਪਰ ਇੱਦਾਂ ਕਿ ਨਾ ਵੀਜ਼ੇ ਦੀ ਬੜੀ ਇਸ਼ੂ ਚੱਲਦੀ ਪਈ ਹੈ ਪਾਕਿਸਤਾਨ ਅਤੇ ਇੰਡੀਆ 'ਚ
मन भर जाता एक थोड़ा जिन्ना इदा दीजा देख के जिथे मतलब कि वो चीज़ा उसनू बयान करना बड़ा मुश्किल है। इस वेले अखां जिहड़ियां वो जरूर लखविंदर जी दी वी भरियां जिहड़ियां वो मैं देख सकदी हैगी आ, मन भर जांदा है, लेकिन फिर भी लाइफ है, इसनू मूव करना ही पैंदा करना पैंदा। देखो अपना पिंड देखो 20,000 किलोमीटर तो आ गया अमेरिका तो बाई रोड, अपना तो लाहौर इत्थों है ही कोई 100 किलोमीटर नहीं, ये तो लोग साइकिल देख सकते हैं, चाहिए इजाजत देनी सवेरे जाके शाम आ जाओ, चलो अपना घर ही बंदा फील हुंदी है ना, फीलिंग हुंदी है कि साडा साडे रूट्स इत्थे सी, अगे तैनूं पता नहीं होना थोड़ा पॉसिबिलिटी घट लगती है। बिल्कुल सरकारां नूं इस गल दे उत्ते जरूर ध्यान देना चाहिए है। हुणी लखविंदर जी ने भी जिहड़ी गल सांझी कीती है सो उस दे नाल जिहड़े मन दे भाव ने वो अखां राहीं जिहड़े वो बाहर आण नूं तुरदे ने कि इस वेले मेरी भी गल करते हुए कुछ परिस्थिति इदा दी मैनू भी इदा फील हो रही है, मेरिया भी अखा जिहड़ियां वो नम होंदियां, लेकिन फिलहाल असी इस बारे गल करते पए हां कि जिहड़ी उत्थे जा के जो एक एक्सपीरियंस जिहड़ा होया, सब तो पहला तां एक मन नाल जिहड़ा बंदा उत्थे एक धरती नाल जिहड़ा बंदा जुड़िया होया या उत्थे जा के जो तस्वीरां देखण नूं मिलदियां ने, जो बीते समय दी सी, जो परिवार इत्थों दी उत्थे गए उत्थों दी इत्थे आए सो अड हो गए, और इस वेले फैमिलियां जिहड़ियां अपने परिवार उत्थे अगर अपने घर ने जिहड़े उहनां नूं देखना चाहुंदियां ने तां सरकार नूं जरूर इस बारे कुछ ना कोई उपराला जरूर करना चाहीदा कि लोकी अपना घर परिवार देखण दे लई उत्थे जा सकन, घर देखण भावां जा सकन, जिस तरह कि हुणी लखविंदर जी ने कहा कि उत्थों इन्नी दूरों दी उह अपना घर इत्थे देखण दे लई या इत्थे अपना वापस आ के एक अपनी लाइफ इत्थे उन्होंने कट्टी है, इत्थे दी उन्हां दी जंपल है, सो एक भावनावां जुड़ियां हुंदियां ने, सो बिल्कुल गल तुहाडी ठीक है लखविंदर जी। अच्छा होर इस तों बाद जिहड़े उत्थे दे लोक ने तुहानूं मिले, तुसीं गलबात जदों आपां कर रहे सी तुसीं दस रहे सी कि बड़ा वधिया उन्हां दा बिहेवियर रहा तुहाडे। बिल्कुल बड़ा वधिया रहा जी, पंजाबी आ साडे भरा आ, चाहे छोटे चाहे वड्डे आ, फर्क सेम पहरावा आ, थोड़ा लेडीज थोड़ा डिफरेंट पहरावा आया, चलो उन्होंने अपना कल्चर किसी बुरा नहीं कह सकते, बाकी कोई फर्क नहीं, एक उदा दे खेत है इदा दे जो है एक ही फर्क साइन बोर्ड का बस फर्क, उधर उर्दू च लिखे पे पिंड शहर इंग्लिश लिखे पे है, इधर अपने सेम थिंग है पिंड पंजाबी लिखी पई है शहर इंग्लिश लिखी पई है, बाकी तो सब कुछ कल्चर सेम आ, सब कुछ सेम आ, कोई भी मतलब कि इस चीज़ मैं रात में भी गड्डी चला पाकिस्तान जे मैं सोचता हूँ जी मैं होर कोई हूँ लोग फोन पर गल करता गड्डी ला जा यार तू की करता मैं बिल्कुल बिल्कुल जिहड़ी जगह ही वो फील ही नहीं होया कि आपां भी पाकिस्तान दे विच फिरदे पए आ, क्योंकि बेशक लोकी इको जे आ, थोड़ा पहरावे दा फर्क है, थोड़े साइन बोर्ड्स आ जिहड़े उन्हां दा फर्क है, सो लोकां ने किस तरह ट्रीट कीता तुहानूं उत्थे एक वो जरूर जानना चाहवांगे ना। उन्हां वधिया ट्रीट कीता, उन्हां पता मैं पंजाबी हाँ, मेन प्रॉब्लम मेरी ये सी मैं प्योर वैजी हाँ, सब तो वड्डी पाकिस्तानी प्योर वैजी खाना मैनूं मिलदा नहीं, उन्होंने अपने मैनूं घरां चल जा खिलाया, आप भी खादा जिदन के 11 रात मैं वक्रे वक्रे घर सौ गया, मतलब उत्थे लोकां ने तुहानूं इन्ना क ज़्यादा मतलब कि कहिंदे ना कि अपनापन जिथे लग्या उत्थे इन्ना क मान जिहड़ा तुहानूं दित्ता, हरेक बंदे ने तुहानूं अपने घर इनवाइट कीता, जिदां दी तुसीं गल दस रहे हो कि उन्हां बंदिआं दे विच्चों दी इक इक दिन तुसीं सारिआं दे घर रुके। बिल्कुल जी, कोई वकील सी कुछ सी कोई कुछ सी, कई हुण वी मिस करदे, उह मैनूं एक्चुअली मैनूं पता नहीं लगा मेरा कोई प्लान नहीं सी 14 दिन का पाकिस्तान का, एक अद्धा दिन जो जिन्ना क्रॉस करना उन्ना ही भी ईरान तू सिर क्रॉस करना मतलब अपना बाघा बॉर्डर। 14 दिन तक अलग अलग घर रुके हो? मैं 3 दिन होटल रुकिया, 11 दिन अलग अलग घर रुकिया, 11 दिन अलग अलग, तो पहले घर जिदन तुम रुके उदन का की है थोड़ी जिनी सू दसो इंसीडेंट उदन जिदन पहले घर रुकिया जी, उन्होंने मिले फैसलाबाद से ਅਸੀਂ ਪਹਿਲੀ ਰਾਤ ਹੋਟਲ ਗਏ, ਦੂਜੇ ਫੈਸਲਾਬਾਦ, ਉਹਨਾਂ ਨੂੰ ਮੈਂ ਦੱਸਤਾ ਮੈਂ ਕਿਹਾ ਭਾਅ ਜੀ ਮੈਂ ਮੀਟ ਨਹੀਂ ਖਾਣਾ, ਉਹਨਾਂ ਦਾਲ ਚੌਲ ਬਣਾ ਕੇ ਰੱਖੇ ਬੜੇ ਵਧੀਆ, ਉਹਨਾਂ ਮੈਨੂੰ ਆਪਣਾ ਵੱਖਰਾ ਬੈਡਰੂਮ ਦੇ ਦਿੱਤਾ ਅਤੇ ਨਜ਼ਾਰੇ ਸੀ। ਦੂਜੀ ਰਾਤ ਮੈਂ ਕਿਤੇ ਘਰ ਰੁਕਿਆ, ਫਿਰ ਰੁਕਿਆ ਉਹ ਕਿ ਪਿੰਡ ਪੁੰਡ ਸੀ, ਉਹਨਾਂ ਮੈਨੂੰ ਆਪਣਾ ਐਕਚੁਲੀ ਸਕੂਲ ਦਾ ਪ੍ਰਿੰਸੀਪਲ ਸੀ, ਉਹਨੇ ਕਮਰਾ ਬਣਾਇਆ, ਮੈਂ ਕਿਹਾ ਮੈਨੂੰ ਮੈਂ ਤੁਹਾਡੇ ਸੋਫੇ 'ਤੇ ਸੋ ਜਾਣਾ, ਮੈਨੂੰ ਇੱਥੇ ਸੋਣਾ, ਉਹਨੇ ਕਿਤੇ ਬੈਡ ਮੈਨੂੰ ਇੱਕ ਨਹੀਂ, ਮੈਂ ਕਿਹਾ ਮੈਂ ਕੰਫਰਟੇਬਲ ਇੱਥੇ ਹਾਂ ਉਸ ਤਾਂ, ਅਤੇ ਇੱਕ ਵਕੀਲ ਦੇ ਘਰ ਸੱਤਾ ਜੀ, ਇੱਕ ਬੰਦਾ ਉੱਦਾਂ ਹੀ ਮਿਲ ਪਿਆ, ਅਸੀਂ ਗੱਲਾਂ ਕਰਦੇ, ਮੈਂ ਕਿਹਾ ਯਾਰ ਮੈਂ ਪਾਕਪਤਨ ਜਾਣਾ, ਕਿਸੇ ਨਾਲ ਗੱਲ ਕਰਦਾ ਸੀ ਉਹ ਲਾਗੇ ਬੰਦਾ ਕਹਿੰਦਾ ਭਾਅ ਜੀ ਮੈਂ ਪਾਕਪਤਨ ਤੋਂ ਹੀ ਹਾਂ,
ਕਹਿੰਦਾ ਮੈਂ ਖਾ ਲਾਂ ਉਹ ਸਿਰੇ ਛੁੱਟੀ ਕਰਕੇ ਰਾਤ ਨੂੰ ਮੈਨੂੰ ਘਰ ਰੱਖਿਆ ਸਿਰੇ ਪਾਕ ਪਤਨ ਲੈ ਗਿਆ ਪਾਕ ਜਿਸਰ ਬਾਬਾ ਫਰੀਦ ਆ ਇਹ ਵਾਰਿਸ ਸ਼ਾਹ ਤੋਂ ਦੇਖ ਕੇ ਕਮਾ ਕਮੂ ਕੇ ਸ਼ਾਮੀ ਫਿਰ ਅੱਗੇ ਤੋਂ ਅੱਗੇ ਮੇਰੀ ਬੁਕਿੰਗ ਪੂਰੀ ਚੱਲਦੀ ਪਈ ਸੀ ਅਤੇ ਬਸ ਠੀਕ ਸੀ ਇੱਕ ਇੰਸੀਡੈਂਟ ਤੁਸੀਂ ਭਿੰਡੀਆਂ ਵਾਲਾ ਸੁਣਾਇਆ ਸੀ ਗੱਲਬਾਤ ਕਰਦੇ ਹੋਏ ਅਤੇ ਉਹ ਕੀ ਸੀਨ ਹੋਇਆ ਸੀ ਕਿ ਤੁਹਾਡੇ ਲਈ ਸਪੈਸ਼ਲ ਭਿੰਡੀਆਂ ਬਣਾਈਆਂ ਗਈਆਂ ਉਹ ਟਫਤਾਨ ਬੋਰਡਰ 'ਤੇ ਸੀ ਜੋ ਉੱਥੇ ਦੀ ਸਿਕਿਉਰਿਟੀ ਵਾਲੇ ਸੀ ਪਹਿਲਾਂ ਦੇਖ ਕੇ ਡਰ ਲੱਗਦਾ ਸੀ ਇਹਨੂੰ ਪੁੱਛਿਆ ਸਰਦਾਰ ਜੀ ਕੀ ਐਸੀ ਉਹ ਪੁਸ਼ ਤੋਂ ਬੋਲਦੇ ਆ ਪੁੱਛਿਆ ਕੀ ਖਾਓਗੇ ਫਿਰ ਮੈਂ ਕਿਹਾ ਮੈਂ ਯਾਰ ਖਾਂਦੇ ਮੈਂ ਖਾਂਦਾ ਨਹੀਂ ਕਹਿੰਦੇ ਬੋਲੋ ਮੈਂ ਕਿਹਾ ਵੈੱਜ ਹੀ ਕੁਛ ਵੀ ਲੈ ਦਿਉ ਉਹਨੇ ਭਿੰਡੀਆਂ ਚਲੋ ਬਣਾਤੀਆਂ ਬੜੀਆਂ ਵਧੀਆ ਐਡਾ ਉਹਨਾਂ ਨੇ ਮੈਨੂੰ ਨਾਂ ਦਿੱਤਾ ਥੱਲੇ ਬੁਰੀ ਵਿਛਾਤੀ ਕਹਿੰਦੇ ਖਾ ਜਿੰਨਾ ਮਰਜ਼ੀ ਤੂੰ ਕਿੰਨਾ ਖਾਣਾ ਕਿਤੇ ਇੱਦਾਂ ਤਾਂ ਬੜੇ ਹੋਏ ਆ ਬੜੇ ਸਾਰੇ ਹੁੰਦੇ ਨੇ ਰਾਜ ਕਿਤੇ ਚਾਹ ਲੋਕ ਦੇਈ ਜਾਂਦੇ ਆ ਕਈ ਨਿੱਕੀਆਂ ਨਿੱਕੀਆਂ ਕੁੜੀਆਂ ਬੜੀਆਂ ਕਰਦੀਆਂ ਸੀ ਵੀ ਅੰਕਲ ਠੀਕ ਇਕੱਲੇ ਆਪ ਠੀਕ ਆ ਕੋਈ ਵੱਡੀ ਗੱਲ ਨਹੀਂ ਅੱਛਾ ਉੱਥੋਂ ਦੀ ਅਗਲਾ ਸਫ਼ਰ ਸਟਾਰਟ ਹੋਇਆ ਪਾਕਿਸਤਾਨ ਦੇ ਵਿੱਚੋਂ ਦੀ ਪਾਕਿਸਤਾਨ ਦਾ 14 ਦਿਨ ਦਾ ਜਿਹੜਾ ਐਕਸਪੀਰੀਅੰਸ ਹੈ ਆਲ ਓਵਰ ਕਿੱਦਾਂ ਦਾ ਕਹੂੰਗਾ ਬਹੁਤ ਮਜ਼ੇਦਾਰ ਸੀ ਬਿਲਕੁਲ ਬਿਲਕੁਲ ਇੱਕ ਆ ਜਿਹੜੀਆਂ ਤਸਵੀਰਾਂ ਤੁਸੀਂ ਜਿੱਦਾਂ ਹੁਣ ਬਣਾਈਆਂ ਹੋਈਆਂ ਨੇ ਬਈ ਬਾਘਾ ਬਾਰਡਰ ਦੀ ਹੈ ਫਿਰ ਉਸ ਤੋਂ ਬਾਅਦ ਇੰਡੀਆ ਦਾ ਇੱਕ ਕਿਸਮ ਦਾ ਮਤਲਬ ਜਦੋਂ ਤੋਂ ਤੁਸੀਂ ਅਮੈਰੀਕਾ ਤੋਂ ਨਿਕਲੇ ਹੋ ਅਮੈਰੀਕਾ ਤੋਂ ਲੈ ਕੇ ਇੱਥੇ ਤੱਕ ਕਿਹੜੇ ਕਿਹੜੇ ਸ਼ਹਿਰ ਹੈ ਜਿਹੜੇ ਵਿੱਚ ਪਏ ਸਾਰੇ ਸ਼ਹਿਰ ਕਿੰਨੇ ਕੰਟਰੀ ਕਿੰਨੇ ਸ਼ਹਿਰ ਵੀ ਉਸ ਤੋਂ ਬਾਅਦ ਕੰਟਰੀ ਵੀ ਕਿਉਂਕਿ ਸ਼ਹਿਰਾਂ ਦੇ ਵਿੱਚੋਂ ਦੀ ਨਿਕਲ ਨਿਕਲ ਕੇ ਤਾਂ ਪੂਰੀ ਕੰਟਰੀ ਦੇ ਵਿੱਚੋਂ ਆਪਾਂ ਨੈਕਸਟ ਹੀ ਜਾਵਾਂਗੇ ਸ਼ਹਿਰ ਮੈਨੂੰ ਇੱਕ ਵੀ ਕੋਈ ਯਾਦ ਨਹੀਂ ਕੰਟਰੀਆਂ ਯਾਦ ਹੈਗੀਆਂ ਸ਼ਹਿਰ ਜਿੱਦਾਂ ਲੰਡਨ ਯੂਕੇ ਲੰਡਨ ਸੀ ਫਿਰ ਬੈਲਜੀਅਮ ਦਾ ਬ੍ਰਸਲ ਸੀ ਫਿਰ ਪੈਰਿਸ ਦਾ ਮੈਨੂੰ ਫਰਾਂਸ ਦਾ ਪੈਰਿਸ ਜਿੱਦਾਂ ਅੱਗੇ ਜਰਮਨੀ ਸੀ ਫਰੈਂਕਫੋਰਟ ਨਿਕਲ ਗਿਆ ਮਿਊਨਿਕ ਨਿਕਲ ਕੇ ਗਿਆ ਕੋਲਨ ਇੱਦਾਂ ਕਿਉਂਕਿ ਮੈਨੂੰ ਜਰਮਨ ਦੇ ਸ਼ਹਿਰ ਤਾਂ ਚੇਤੇ ਆ ਮੈਂ ਉੱਥੇ 2 ਸਾਲ ਰਿਹਾ ਪਿਆ ਪਹਿਲਾਂ ਮੈਂ ਜਰਮਨੀ ਗਿਆ ਸੀ ਅੱਗੇ ਮੈਂ ਨਿਕਲ ਗਿਆ ਆਸਟਰੀਆ ਉੱਥੇ ਵਿਆਨਾ ਸ਼ਹਿਰ ਆ ਫਿਰ ਸਵਿਸ ਦਾ ਬਰਨ ਫਿਰ ਬੈਲੀਗ੍ਰੇਡ ਸੀ ਸਰਬੀਆ ਦਾ ਬੁਲਗਾਰੀਆ ਦਾ ਸੀ ਇਹਦਾ ਟਰਕੀ ਦਾ ਇਸਤਾਨਬੁਲ ਸੀ ਟਰਕੀ ਮੈਂ 7 ਦਿਨ ਘੁੰਮਿਆ ਜੀ ਉੱਥੇ ਬਹੁਤ ਵਧੀਆ ਦੇਖਣ ਸੀ ਤੁਰਨ ਲੱਗਿਆ ਕੁਛ ਮਨ ਦੇ ਵਿੱਚ ਪਲੈਨ ਸੀਗਾ ਕਿ ਕਿਹੜੀ ਜਗ੍ਹਾ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਹੈ ਜਿੱਥੇ ਰਸਤੇ 'ਚ ਸਟੇ ਕਰਨਾ ਹੈਗਾ ਅਤੇ ਉੱਥੇ ਆਪਣਾ ਪੂਰਾ ਇੰਜੋਏ ਕਰਨਾ ਫੁੱਲ ਉਸ ਜਗ੍ਹਾ ਦੇ ਉੱਤੇ ਰੁਕ ਕੇ ਅਤੇ ਉਹ ਕੁਛ ਸੀਗਾ ਮਾਇੰਡ ਦੇ ਵਿੱਚ ਐਕਚੁਲੀ ਮਾਇੰਡ 'ਚ ਮੈਂ ਯੂਰਪ ਜ਼ਿਆਦਾ ਘੁੰਮਣਾ ਜੀ ਮਾਇੰਡ 'ਚ ਇਹੀ ਮੇਰੇ ਵੱਧ ਤੋਂ ਵੱਧ ਯੂਰਪ ਉਹ ਉਲਟਾ ਹੋ ਗਿਆ ਉਹ ਟੋਟਲੀ ਉਲਟਾ ਹੋ ਗਿਆ ਯੂਰਪ ਘੁੰਮਿਆ ਨਹੀਂ ਮੈਂ ਅਤੇ ਮੈਂ ਆ ਕੇ ਇੱਥੇ ਟਰਕੀ ਇਰਾਨ ਪਾਕਿਸਤਾਨ ਇੱਥੇ ਹੀ ਮਹੀਨਾ ਲਾਤਾ ਠੀਕ ਹੈ ਮਤਲਬ ਕਿ ਮਾਇੰਡ 'ਚ ਸੋਚ ਕੇ ਨਿਕਲੇ ਸੀਗੇ ਕਿ ਵੀ ਸੋਚਿਆ ਕੋਈ ਸੀ ਵੀ ਮੈਂ ਯੂਰਪ ਘੁੰਮਗਾ ਉਹ 7 ਦਿਨ ਮੈਂ ਲਾ ਜੀ ਟਰਕੀ 4 ਦਿਨ ਇਰਾਨ ਅਤੇ 14 ਦਿਨ ਪਾਕਿਸਤਾਨ ਟਾਈਮ ਮੈਂ ਯੂਰਪ ਰਿਹਾ ਪਰ ਠੀਕ ਆ ਜਿੰਨਾ ਸੀ ਪਰ ਹੋਰ ਟਾਈਮ ਚਾਹੀਦਾ ਸੀ 2 ਮਹੀਨੇ ਬਹੁਤ ਥੋੜ੍ਹੇ ਆ ਅਤੇ ਦੁਨੀਆ ਘੁੰਮਣੀ ਘੱਟ ਤੋਂ ਘੱਟ ਐਟਲੀਸਟ 6 ਮਹੀਨੇ ਚਾਹੀਦੇ ਘੱਟੋ ਘੱਟ ਪ੍ਰੋਪਰ ਜਿਹੜੇ ਲੱਗ ਮੈਂ 53 ਡੇਜ਼ ਜੀ 53 ਡੇਜ਼ ਦੇ ਵਿੱਚੋਂ ਦੀ ਜਿਹੜਾ ਸਟੇ ਵਾਲੇ ਦਿਨ ਆਪਾਂ ਕੱਢ ਲਈਏ ਤੇ ਟਰੈਵਲਿੰਗ ਦੇ ਵਿੱਚ ਕਿੰਨੇ ਦਿਨ ਤਾਂ ਇਕੱਲੇ ਸਟੇ ਨਹੀਂ ਮੈਂ ਟਰੈਵਲਿੰਗ ਐਵੀ ਸਿੰਗਲ ਡੇ ਕੀਤੀ ਆ ਜਾਂ ਸਵੇਰੇ 6 ਤੋਂ 11 6 ਤੋਂ 12 5 ਜਾਂ 6 ਘੰਟੇ ਮੈਕਸਿਮਮ ਮੈਂ 1 ਦਿਨ ਪੂਰਾ ਗੱਡੀ ਸਟਾਪ ਨਹੀਂ ਕੀਤੀ ਕਿਤੇ ਵੀ